بسم اللہ الرحمن الرحیم السلام علیکم سامپراو کی حال چال ٹھیک ٹھاک ہو لو جی تقریبا پانی لایا ہو گئے نے اج 5 دن تے 5 دن بعد یوریا دا چھٹا مکرارہے ہیں پیداوار نال تو پہلا زبردست یوریا تے سلفر تھائے گئے ہیں او استعمال کی تاحے 5 دن ہو گئے نے تے ہن فی ایکڑ ایک ایک بوری یوریا دے استعمال کر رہے ہیں دیکھو ਸ਼ੁਰੂ ਦੇ ਦਿਨਾਂ ਵਿੱਚ ਜਦੋਂ ਪਾਣੀ ਲਾਉਂਦੇ ਆ ਉਹ ਜਿੰਨਾ ਹੈ ਯੂਰੀਆ ਨਾਈਟrogen استعمال ਕਰਦੇ ਉਹਾਨੂੰ ਜ਼ਿਆਦਾ ਫਾਇਦਾ ਦੇਗੀ ਨਾ ਕਿ ਬਾਅਦ ਚੂ ਜਿਹੜੀ ਯੂਰੀਆ استعمال ਕਰਨੀ ਹੈ ਕਈ ਦੂਸਰੇ ਤੀਸਰੇ ਪਾਣੀ ਵਿੱਚ ਜਾ ਕੇ ਯੂਰੀਆ استعمال ਕਰ ਰਹੇ ਹੁੰਦੇ ਨੇ ਉਹਦਾ ਉਸ ਯੂਰੀਆ ਦਾ ਇੰਨਾ ਫਾਇਦਾ ਨਹੀਂ ਹੁੰਦਾ ਜਿੰਨਾ ਕਿ ਐਸ ਯੂਰੀਆ ਦਾ ਫਾਇਦਾ ਹੁੰਦਾ ਹੂੰ ਜਿੰਨੀ ਅਸੀਂ ਨਾਈਟrogen ਪੌਦਿਆਂ ਨੂੰ ਦਾਂਗੇ ਕਿਉਂਕਿ ਪੌਦਿਆਂ ਨੂੰ ਨਾਈਟrogen ਦੀ ਜ਼ਰੂਰਤ ਹੈ ਜਦੋਂ ਪਾਣੀ ਲੱਗਦਾ ਜਦੋਂ ਉਹ ਚੂ ਆਕਸੀਜਨ ਖਤਮ ਹੋ ਜਾਂਦੀ ਹੈ ਜਿਹਦੇ ਨਾਲ ਪੌਦਾ ਪੀਲਾ ਪੈ ਜਾਂਦਾ ਉਹਦੀ ਗਰੋਥ ਰੁਕ ਜਾਂਦੀ ਹੈ ਤੇ ਉਹ ਗਰੋਥ ਨਹੀਂ ਕਰ ਪਾਂਦਾ ਪੀਲਾ ਪੈਣ ਨਾਲ ਮਰਨ ਲੱਗ ਪੈਂਦਾ ਜੋ ਇਹ ਜਿਹੜਾ ਨਾਈਟ੍ਰੋਜਨ ਦਿੰਨੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਗਰੋਥ ਕਰਦਾ ਹੈ ਸ਼ੂਫੇ ਬਣਾਉਂਦਾ ਹੈ ਤੇ ਉਹ ਵਾਲੇ ਸ਼ੂਫੇ ਬਣਾਉਂਦਾ ਜਿਨ੍ਹਾਂ ਤੇ ਸਿੱਟਾ ਲੱਗਦਾ ਬਾਦੂ ਜਦੋਂ ਅਸੀਂ ਦੂਸਰੇ ਤੀਸਰੇ ਪਾਣੀ ਜਾ ਕੇ ਸੀ ਯੂਰੀਆ ਦਾ ਇਸਤੇਮਾਲ ਕਰਦੇ ਆ ਉਹਦੇ ਸ਼ੂਫੇ ਤੇ ਉਹਦੋਂ ਵੀ ਬਣਾਉਂਦਾ ਇਹ ਕਹਿੰਦਾ ਕਹਿ ਨਹੀਂ ਕੋਈ ਉਹ ਸ਼ੂਫੇ ਨਹੀਂ ਬਣਾਉਂਦੀ ਲੇਕਿਨ ਉਹ ਜਿਹੜੇ ਸ਼ੂਫੇ ਬੰਦੇ ਨੇ ਉਹ ਫਾਇਦੇਮੰਦ ਨਹੀਂ ਹੁੰਦੇ ਉਹਨਾਂ ਤੇ ਸਿੱਟਾ ਵੀ ਨਹੀਂ ਲੱਗਦਾ ਬਲਕਿ ਉਹ ਨੁਕਸਾਨਦੇ ਹੁੰਦੇ ਨੇ ਖੁਰਾਕ ਪੀ ਲੈਣਦੇ ਨੇ ਉਹਨਾਂ ਤੇ ਸਿੱਟਾ ਵੀ ਨਹੀਂ ਲੱਗਦਾ ਤੇ ਨੁਕਸਾਨ ਹੁੰਦਾ ਹੈ لہذا ਜਿਹੜੇ ਕਿਸਾਨ ਭਰਾ ਕਨਕ ਦੀ ਬਜਾਈ ਕੀਤੀ ਹੈ ਤੇ ਪਾਣੀ ਲਗਾ ਰਹੇ ਨੇ ਪਹਿਲਾਂ ਤੋਂ ਜ਼ਬਰਦਸਤ ਯੂਰੀ ਦਾ ਇਸਤੇਮਾਲ ਕਰਨ ਤੇ ਉਸ ਤੋਂ ਬਾਅਦ 2 ਤੋਂ 3 ਦਿਨ ਬਾਅਦ ਤੁਸੀਂ ਨਾਈਟrogen ਯੂਰੀ ਦਾ ਇਸਤੇਮਾਲ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸ਼ੂਫਾ ਸਾਜ਼ੀ ਹੋਏ ਤੇ ਉਹ ਵਾਲੀ ਸ਼ੂਫਾ ਸਾਜ਼ੀ ਹੋਏ ਜਿਨ੍ਹਾਂ ਉੱਤੇ ਸਿੱਟਾ ਬੰਨ੍ਹੇ ਤੇ ਜਿਆਦਾ ਤੋਂ ਜਿਆਦਾ ਪੈਦਾਵਾਰ ਲਈ ਜਾ ਸਕੇ ਉਮੀਦ ਹੈ ਕਿ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਹੋਏਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ ਉਦੋਂ ਤੱਕ ਅੱਲਾਹ ਹਾਫਿਜ਼